ਜੇਕਰ ਇਸ ਸੱਦੇ 'ਤੇ ਤੁਹਾਨੂੰ ਇਹ ਲੱਗਦਾ ਵੀ ਸਰਕਾਰ ਦੀ ਮਦਦ ਕਰ ਰਹੇ ਹਾਂ ਤਾਂ ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਹਾਂ ਵੀ ਥੋੜ੍ਹੀ ਤਾਕਤ ਪਿਆਰਿਓ। ਮੁੱਦਾ ਬਹੁਤ ਭਖ ਚੁੱਕਾ ਹੈ, ਇੱਕ ਵੱਡੀ ਬਹਿਸ ਛਿੜ ਗਈ ਹੈ। ਜਿਹੜੀਆਂ ਜਥੇਬੰਦੀਆਂ ਨੇ 13 ਤਰੀਕ ਨੂੰ ਦਿੱਲੀ ਜਾਣ ਦਾ ਸੱਦਾ ਦਿੱਤਾ, ਉਹਨਾਂ ਦਾ ਵੱਡਾ ਬਿਆਨ ਆਪਣੇ ਇਸੇ ਲਾਈਵ ਸੱਚ ਟੀਵੀ ਦੇ ਉੱਪਰ ਆਇਆ। ਜਦੋਂ ਮੈਂ ਇੰਟਰਵਿਊ ਕੀਤੀ ਆ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਜੀਰਾ ਦੀ, ਉਹਨਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦਿੱਲੀ ਨਾ ਜਾਣ ਦਾ ਪ੍ਰਚਾਰ ਕਰਕੇ ਸਰਕਾਰ ਦੀ ਮਦਦ ਕਰ ਰਿਹਾ ਅਤੇ ਕਿਸਾਨਾਂ ਦੇ ਉਲਟ ਭੁਗਤ ਰਿਹਾ। ਅਤੇ ਆਪਾਂ ਅੱਜ ਗੱਲ ਕਰਦੇ ਹਾਂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਨੇ ਅਵਤਾਰ ਸਿੰਘ ਮਹਿਮਾ। ਮਹਿਮਾ ਸਾਹਿਬ, ਤੁਹਾਡੇ 'ਤੇ ਵੱਡਾ ਬਿਆਨ ਜਿਹੜਾ ਹੈ ਉਧਰੋਂ ਆਇਆ, ਜਿਹੜੇ ਦਿੱਲੀ ਜਾ ਰਹੇ ਨੇ ਬਲਦੇਵ ਸਿੰਘ ਜੀਰਾ ਹੋਰਾਂ ਨੇ ਕਿਹਾ ਆਪਣੇ ਚੈਨਲ ਦੇ ਉੱਪਰ ਵੀ ਇਹ ਸਰਕਾਰ ਦੀ ਮਦਦ ਕਰ ਰਹੇ ਆ ਅਤੇ ਬਿਨਾਂ ਗੱਲੋਂ ਪ੍ਰਚਾਰ ਕਰ ਰਹੇ ਆ ਵੀ ਸੰਯੁਕਤ ਕਿਸਾਨ ਮੋਰਚਾ ਤਾਂ ਦਿੱਲੀ ਨਹੀਂ ਜਾ ਰਿਹਾ, ਅਸੀਂ ਤਾਂ ਦਿੱਲੀ ਨਹੀਂ ਜਾ ਰਹੇ, ਸਾਡਾ ਤਾਂ ਸੱਦਾ ਨਹੀਂ ਹੈਗਾ। ਉਹ ਕਹਿੰਦੇ ਜੇ ਨਹੀਂ ਹੈਗਾ ਸੀ ਤਾਂ ਫਿਰ ਇਹ ਪ੍ਰਚਾਰ ਕਰਨ ਦੀ ਕੀ ਲੋੜ ਸੀ? ਉਹ ਕਹਿੰਦੇ ਜਾਣ ਕੇ ਪ੍ਰਚਾਰ ਕਰ ਰਹੇ ਨੇ ਤਾਂ ਕਿ ਸਰਕਾਰ ਨੂੰ ਦੱਸਿਆ ਜਾ ਸਕੇ ਵੀ ਅਸੀਂ ਨਹੀਂ ਜਾ ਰਹੇ, ਇਹ ਇਕੱਲੇ ਆ ਰਹੇ ਨੇ, ਇਹਨਾਂ ਨੂੰ ਜਿਵੇਂ ਮਰਜ਼ੀ ਕੁੱਟੋ ਮਾਰੋ ਜੋ ਮਰਜ਼ੀ ਕਰੋ। ਦੇਖੋ ਆਜ਼ਾਦ ਜੀ, ਇਹ ਮੇਰੇ ਵੱਡੇ ਭਰਾ ਬਲਦੇਵ ਜੀਰੇ ਦੇ ਆਪਦੇ ਬਿਆਨ ਦੇ ਵਿੱਚ ਜਿਹੜਾ ਫਰਕ ਸ਼ਰਕ ਨਜ਼ਰ ਆ ਰਿਹਾ ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਸਪਸ਼ਟ, ਤੁਸੀਂ ਬਰਨਾਲੇ ਰੈਲੀ ਦੇ ਵਿੱਚ ਕਿਹਾ ਵੀ ਅਸੀਂ ਉਹਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਨੂੰ ਨਾਲ ਲਈ ਨਹੀਂ ਲੈਣਾ, ਦੂਜੇ ਪਾਸੇ ਤੁਸੀਂ ਪਿਛਲੇ ਡੇਢ ਮਹੀਨੇ ਤੋਂ ਪਿੰਡ ਪਿੰਡ ਜਾ ਕੇ ਪ੍ਰਚਾਰ ਕਰ ਰਹੇ ਹੋ ਵੀ ਅਸੀਂ ਤਾਂ ਜਾ ਰਹੇ ਹਾਂ। ਉਹ ਨਹੀਂ ਜਾ ਰਹੇ, ਉਹ ਕੌਣ? ਸੰਯੁਕਤ ਕਿਸਾਨ ਮੋਰਚੇ ਵਾਲੇ ਨਹੀਂ ਜਾ ਰਹੇ, ਅਸੀਂ ਜਾ ਰਹੇ ਹਾਂ। ਔਰ ਹੁਣ ਜਦੋਂ ਇਹ ਗੱਲ ਥੱਲਿਓਂ ਆਈ ਆ ਜਾਂ ਪੱਤਰਕਾਰਾਂ ਨੇ ਪੁੱਛੀ, ਅਸੀਂ ਤਾਂ ਸਿਰਫ ਸਪਸ਼ਟ ਕੀਤਾ ਵੀ ਹਾਂ ਭਾਈ ਇਹ ਸਾਡਾ ਸੱਦਾ ਨਹੀਂ, ਇਸ ਸੱਦੇ ਨਾਲ ਸਾਡਾ ਵਿਰੋਧ ਕੋਈ ਨਹੀਂ, ਹਾਂ ਇਹ ਉਹਨਾਂ ਦਾ ਸੱਦਾ ਹੈ। ਸਾਡਾ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਸੱਦਾ ਆ ਨਾ, ਉਹ ਜਿਹੜਾ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਆ, ਇਸ ਦਾ ਸਿਰਫ ਸਪਸ਼ਟ ਕੀਤਾ। ਜਿਹੜਾ ਇਹ ਗੱਲ ਆ ਰਹੀ ਆ ਵੀ ਸਰਕਾਰ ਦਾ ਫਾਇਦਾ ਕਰ ਰਹੇ ਆ, ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਥੋੜ੍ਹੀ ਤਾਕਤ ਲੈ ਕੇ ਜਾਣਾ ਜਿਹੜਾ ਉਹ ਸਰਕਾਰ ਦਾ ਫਾਇਦਾ ਤਾਂ ਕਰ ਸਕਦਾ, ਨੁਕਸਾਨ ਨਹੀਂ ਕਰ ਸਕਦਾ, ਨੁਕਸਾਨ ਉਲਟਾ ਕਿਸਾਨ ਲਹਿਰ ਦਾ ਹੋਵੇਗਾ। ਸੋ ਇਸ ਕਰਕੇ ਤੁਸੀਂ ਆਪ ਹੀ ਕੱਲ੍ਹ ਹੀ ਤੁਹਾਡੀ ਇੰਟਰਵਿਊ 'ਚ ਕਿਹਾ ਵੀ ਅਸੀਂ ਕਿਤੇ ਨਹੀਂ ਕਿਹਾ ਸੰਯੁਕਤ ਕਿਸਾਨ ਮੋਰਚਾ ਜਾ ਰਿਹਾ ਜਾਂ ਅਸੀਂ ਸੰਯੁਕਤ ਕਿਸਾਨ ਮੋਰਚੇ ਦਾ ਨਾਂ ਵਰਤਿਆ, ਅਤੇ ਅਸੀਂ ਵੀ ਇਹੀ ਕਿਹਾ ਵੀ ਹਾਂ ਭਾਈ ਸੰਯੁਕਤ ਕਿਸਾਨ ਮੋਰਚਾ ਹਾਲੇ ਨਹੀਂ ਜਾ ਰਿਹਾ, ਉਹ ਅੰਦੋਲਨ ਨੂੰ ਹੋਰ ਮਜ਼ਬੂਤ ਕਰ ਰਿਹਾ, ਉਹ ਜਾ ਰਹੇ ਨੇ, ਉਹਨਾਂ ਨਾਲ ਸਾਡਾ ਵਿਰੋਧ ਕੋਈ ਨਹੀਂ। ਮਤਲਬ ਉਹ ਕਹਿ ਰਹੇ ਨੇ ਕਿ ਤੁਸੀਂ ਖਾਮ ਖਾ ਪ੍ਰਚਾਰ ਕਰਕੇ ਵੀ ਅਸੀਂ ਨਹੀਂ ਜਾ ਰਹੇ, SKM ਸੰਯੁਕਤ ਕਿਸਾਨ ਮੋਰਚਾ ਦਿੱਲੀ ਨਹੀਂ ਜਾ ਰਿਹਾ, ਉਹ ਕਹਿੰਦੇ ਨੇ ਤੁਸੀਂ ਸਰਕਾਰ ਦੀ ਮਦਦ ਕਰ ਰਹੇ ਹੋ ਅਤੇ ਕਿਸਾਨਾਂ ਦਾ ਨੁਕਸਾਨ, ਤੁਸੀਂ ਕਹਿ ਰਹੇ ਹੋ ਵੀ ਉਹ ਥੋੜ੍ਹੀ ਤਾਕਤ ਨਾਲ ਜਾ ਕੇ ਅਤੇ ਸਰਕਾਰ ਤੋਂ ਮਾਰ ਖਾਣਗੇ ਅਤੇ ਕਿਸਾਨ ਲਹਿਰ ਦਾ ਨੁਕਸਾਨ ਕਰਨਗੇ ਜੀ। ਮੈਂ ਕੱਲ੍ਹ ਉਹਨਾਂ ਦੀ ਇਹ ਗੱਲ ਸੁਣੀ ਆ ਤੁਹਾਡੇ ਚੈਨਲ 'ਤੇ ਹੀ, ਉਹ ਦੋ ਗੱਲਾਂ ਕਹਿ ਰਹੇ ਨੇ। ਜਦੋਂ ਇੱਕ ਤਾਂ ਜਿਹੜੀ ਪਹਿਲੀ ਗੱਲ ਵੀ ਜਦੋਂ ਤੁਸੀਂ ਪਹਿਲਾਂ ਕਿਹਾ ਵੀ ਅਸੀਂ ਜਾ ਰਹੇ ਹਾਂ, ਉਹਨਾਂ ਨੂੰ ਨਾਲ ਨਹੀਂ ਲੈ ਰਹੇ, ਤਾਂ ਇਸ ਕਰਕੇ ਸੰਯੁਕਤ ਕਿਸਾਨ ਮੋਰਚੇ 'ਤੇ ਇਹ ਗੱਲ ਕਹਿੰਦਾ ਤੁਹਾਡਾ ਫਰਜ਼ੀ ਨਹੀਂ ਵੀ ਉਹ ਪ੍ਰਚਾਰ ਕਰ ਰਹੇ, ਪ੍ਰਚਾਰ ਤਾਂ ਤੁਸੀਂ ਕੀਤਾ ਵੀ ਉਹ ਨਹੀਂ ਜਾ ਰਹੇ, ਅਸੀਂ ਜਾ ਰਹੇ ਹਾਂ। ਦੂਜੀ ਗੱਲ ਜਿਹੜੀ ਉਹ ਕਹਿ ਰਹੇ ਨੇ, ਤੁਸੀਂ ਪੁੱਛਿਆ ਵੀ ਕੀ ਜਿਹੜੀਆਂ ਮੰਗਾਂ ਮੰਨੀਆਂ ਜਾਣ ਤੱਕ ਫਿਰ ਦਿੱਲੀ ਬੈਠੋਗੇ, ਤਾਂ ਉਹਨਾਂ ਨੇ ਕਿਹਾ ਇਹ ਅਸੀਂ ਨਹੀਂ ਗਰੰਟੀ ਕਰਦੇ, ਤਾਂ ਲੋਕ ਫੈਸਲਾ ਕਰਨਗੇ। ਦੂਜੀ ਗੱਲ ਤੁਸੀਂ ਪੁੱਛੀ ਆ ਵੀ ਕੀ ਦਿੱਲੀ ਜਾਓਗੇ, ਤੁਸੀਂ ਇਹ ਵੀ ਕਿਹਾ ਵੀ ਇਹ ਲੋਕ ਫੈਸਲਾ ਕਰਨਗੇ। ਸੋ ਇਹਦਾ ਮਤਲਬ ਉਹ ਖੁਦ ਆਪਦੇ ਹੀ ਸੱਦੇ ਦੇ ਸਪਸ਼ਟ ਨਹੀਂ ਹੈਗੇ, ਆਪਦੇ ਸੱਦੇ ਦੇ ਸਪਸ਼ਟ ਨਾ ਹੋਣ ਕਰਕੇ ਜਦੋਂ SKM ਦਾ ਕਲੀਅਰ ਕੱਟ ਸਟੈਂਡ ਸਾਹਮਣੇ ਆਇਆ, ਤਾਂ ਉਦੋਂ ਫਿਰ ਉਹਨਾਂ ਨੇ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਨੇ ਵੀ ਇਹ ਪ੍ਰਚਾਰ ਕਰ ਰਹੇ ਨੇ, ਪ੍ਰਚਾਰ ਅਸੀਂ ਨਹੀਂ ਕਰ ਰਹੇ, ਅਸੀਂ ਸਿਰਫ ਇਹ ਸਪਸ਼ਟ ਕੀਤਾ ਵੀ ਹਾਂ ਭਾਈ ਉਹਨਾਂ ਨੇ ਸੱਦਾ ਦਿੱਤਾ, ਉਹ ਜਾ ਰਹੇ ਨੇ, ਉਹਨਾਂ ਨਾਲ ਸਾਡਾ ਕੋਈ ਕਲੈਸ਼ ਨਹੀਂ, ਕੋਈ ਸਾਡਾ ਉਹਦਾ ਵਿਰੋਧ ਨਹੀਂ ਸੱਦੇ ਦਾ, ਪਰ SKM ਦਾ ਜਿਹੜਾ ਸੱਦਾ ਉਹ 16 ਫਰਵਰੀ ਦਾ ਜੀ। ਉਹ ਇਹ ਕਹਿੰਦੇ ਨੇ ਬਈ ਅਸੀਂ ਇਹਨਾਂ ਚੋਂ ਕਈ ਜਥੇਬੰਦੀਆਂ ਨਾਲ ਤਾਲਮੇਲ ਕੀਤਾ, ਲਿੰਕ ਕੀਤਾ, ਗੱਲ ਕੀਤੀ ਵੀ ਦਿੱਲੀ ਜਾਣਾ ਬਣਦਾ ਹੈ ਕਿ ਨਹੀਂ, ਦਿੱਲੀ ਮੋਰਚਾ ਲਾਉਣਾ ਹੁਣ ਲੋੜ ਹੈ ਕਿ ਨਹੀਂ। ਕਹਿੰਦਾ ਸੰਯੁਕਤ ਕਿਸਾਨ ਮੋਰਚੇ ਦੀਆਂ ਕਈ ਜਥੇਬੰਦੀਆਂ ਮੰਨਦੀਆਂ ਨੇ ਵੀ ਦਿੱਲੀ ਮੋਰਚਾ ਲਾਉਣ ਦੀ ਲੋੜ ਹੈ, ਪਰ ਲਾ ਨਹੀਂ ਰਹੇ, ਜਾਣਾ ਨਹੀਂ ਚਾਹੁੰਦੇ, ਪਤਾ ਨਹੀਂ ਕਿਉਂ।
ਦੇਖੋ ਇਹ ਗੱਲ ਜਿਹੜਾ ਦਿੱਲੀ ਮੋਰਚਾ ਲਾਉਣਾ ਜਾਂ ਦਿੱਲੀ ਸਰਕਾਰ ਨਾਲ ਲੜਨਾ ਇਹਦੇ ਤੋਂ ਕੋਈ ਮੁਣਕਰ ਨਹੀਂ ਹੈਗਾ। ਪਰ ਤੁਸੀਂ ਵੇਖੋ ਜਦੋਂ ਪਹਿਲਾਂ ਦਿੱਲੀ ਗਏ ਸਾਂ ਕੋਈ ਇੱਕ ਜਥੇਬੰਦੀ ਤਾਂ ਦਿੱਲੀ ਨਹੀਂ ਗਈ ਚਲੀ, ਦੋ ਤਾਂ ਨਹੀਂ ਚਲੀਆਂ ਗਈਆਂ, ਪੰਜ ਤਾਂ ਨਹੀਂ ਚਲੀਆਂ ਗਈਆਂ, ਦੋ ਢਾਈ ਮਹੀਨੇ ਪੰਜਾਬ ਹਰਿਆਣੇ 'ਚ ਆਪਾਂ ਅੰਦੋਲਨ ਕਰਦੇ ਰਹੇ ਅਤੇ ਨਾਲ ਨਾਲ ਸਾਰੀਆਂ ਜਥੇਬੰਦੀਆਂ ਨੂੰ ਇਕੱਠੀਆਂ ਕਰਦੇ ਰਹੇ ਹਾਂ। ਅਤੇ ਜਦੋਂ ਸਾਰੀਆਂ ਜਥੇਬੰਦੀਆਂ ਆ ਗਈਆਂ ਅਤੇ 7 ਨਵੰਬਰ 2020 ਨੂੰ ਫੇਰ ਬਣਿਆ ਸੰਯੁਕਤ ਕਿਸਾਨ ਮੋਰਚਾ ਅਤੇ ਸਾਰਿਆਂ ਨੂੰ ਇਕੱਠੇ ਕਰਕੇ ਜਾਣਾ ਹੁੰਦਾ। ਇਸ ਵਾਰੀ ਵੀ ਅਸੀਂ ਨਾ ਸਿਰਫ ਕਿਸਾਨ ਜਥੇਬੰਦੀਆਂ ਨੂੰ ਇਕੱਠਿਆਂ ਕਰਨ ਲਈ ਜ਼ੋਰ ਲਾਇਆ, ਬਲਕਿ ਟਰੇਡ ਯੂਨੀਅਨ ਮੁਲਾਜ਼ਮਾਂ ਦੀਆਂ, ਮਜ਼ਦੂਰਾਂ ਦੀਆਂ, ਨੌਜਵਾਨਾਂ ਦੀਆਂ ਸਾਰੀਆਂ ਇਕੱਠੀਆਂ ਕੀਤੀਆਂ ਨੇ। ਪਰ ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਪਹਿਲਾਂ ਹੀ ਇਹਨਾਂ ਨੇ ਇਹ ਕਹਿਤਾ ਵੀ ਅਸੀਂ ਉਹਨਾਂ ਨੂੰ ਨਾਲ ਨਹੀਂ ਲੈਣਾ ਸੰਯੁਕਤ ਕਿਸਾਨ ਮੋਰਚੇ ਨੂੰ, ਅਤੇ ਆਪਦਾ ਐਲਾਨ ਕਰਤਾ। ਜਿਹੜੀ ਗੱਲ ਬਲਦੇਵ ਜੀਰਾ ਜੀ ਕਹਿੰਦੇ ਅਸੀਂ ਕਿਹਾ, ਮੈਂ ਕਹਿੰਦਾ ਦੱਸੋ ਕਿੱਥੇ ਕਿਹਾ ਸੰਯੁਕਤ ਕਿਸਾਨ ਮੋਰਚਾ ਦੀ ਮੈਂ ਜਿਹੜੀ ਜਨਰਲ ਬਾਡੀ ਦੇ ਵਿੱਚ ਇਹ ਮੈਂਬਰ ਨੇ ਜਿਹੜੀ ਬਲਦੇਵ ਜੀਰੇ ਜਥੇਬੰਦੀ ਆ, ਉੱਥੇ ਆ ਕੇ ਕੀ ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ, ਕੀ ਜਿਹੜੀਆਂ ਕਮੇਟੀਆਂ ਬਣਾਈਆਂ ਸੀ ਉੱਥੇ ਕੋਸ਼ਿਸ਼ਾਂ ਕੀਤੀਆਂ, ਜਾਂ ਫਿਰ ਜਿਹੜਾ ਬਿਆਨ ਡੱਲੇਵਾਲ ਸਾਹਿਬ ਨੇ ਦਿੱਤਾ ਉਹਨੂੰ ਕੰਡੈਮ ਕੀਤਾ, ਉਹਨੂੰ ਕਿਹਾ ਕਿਤੇ ਵੀ ਇਹ ਬਿਆਨ ਗਲਤ? ਗਲਤ ਦਾ ਕੀ ਕਿਹਾ ਸੀ ਇਹਨਾਂ ਨੇ, ਉਲਟਾ ਏਕਤਾ ਨਾ ਹੋਣ ਦੇ ਵਿੱਚ ਜਿਹੜੀ ਉਹਨੇ ਕਿਹਾ ਵੀ ਏਕਤਾ ਨਹੀਂ, ਉਹਦੀ ਚੁੱਪ ਹਮਾਇਤ ਕੀਤੀ ਅਤੇ ਏਕਤਾ ਨਹੀਂ ਹੋਣ ਦਿੱਤੀ। ਸੋ ਇਸ ਕਰਕੇ ਆਪਦੀ ਗਲਤੀ ਨੂੰ ਦੂਜੇ ਸਿਰ ਸੁੱਟਣਾ ਇਹ ਠੀਕ ਨਹੀਂ। ਸੰਯੁਕਤ ਕਿਸਾਨ ਮੋਰਚਾ ਤਾਂ ਸਾਰਿਆਂ ਨੂੰ ਨਾਲ ਲੈ ਰਿਹਾ ਔਰ ਮਜ਼ਬੂਤ ਕਰਕੇ ਹੀ ਦਿੱਲੀ ਵੱਲ ਜਾਏਗਾ ਜੀ।